ਤਿਆਰਾਂ ਤੇ ਖਰਚਾ ਕੀਤਾ ਜਾ ਰਿਹਾ, ਫੋਟੋ ਸੈਸ਼ਨ ਕਰਾਇਆ ਜਾ ਰਿਹਾ। ਮੈਂ ਉਹੀ ਬੇਨਤੀ ਕਰਦਾ, ਜੇ ਮੈਂ ਮੁੱਖ ਮੰਤਰੀ ਜੀ, ਤੁਸੀਂ ਇਕੱਲਾ ਇੱਕ ਕੰਮ ਕਰ ਦਿਓ, ਥੋੜਾ ਆਪਣੇ ਇਸ਼ਤਿਹਾਰ ਬੰਦ ਕਰ ਦਿਓ 2 ਸਾਲ ਵਾਸਤੇ, ਤੇ ਮੈਨੂੰ ਲੱਗਦਾ 1500 ਕਰੋੜ ਬਚ ਜੂਗਾ, ਜਿਹੜਾ ਆਪਣਾ ਇਹਨਾਂ ਵਿਚਾਰਿਆਂ ਦੀ ਆ ਵਾਪਸ ਆਪਣੇ ਪੈਰਾਂ ਤੇ ਖੜੇ ਹੋ ਜਾਣਗੇ। 700 ਕਰੋੜ ਦੇ ਇਸ਼ਤਿਹਾਰ ਤੇ ਉਹਦੇ ਉੱਤੇ ਜਿਹੜੇ ਜਹਾਜ਼ ਤੇ ਕੇਜਰੀਵਾਲ ਨੂੰ ਲੈ ਕੇ ਜਾਂਦੇ ਉਹ ਬੰਦ ਕਰ ਦਿਓ। ਦੇਖੋ ਬਾਦਲ ਸਾਹਿਬ ਜ਼ਮੀਨ ਨਾਲ ਜੁੜੇ ਹੋਏ ਲੀਡਰ ਸੀ, ਉਹਨਾਂ ਨੂੰ ਪਤਾ ਸੀ ਕਿ ਕਦੋਂ ਹੜ੍ਹ ਆਉਣੇ ਹੈ, ਮੀਂਹ ਆਉਣਾ ਤਾਂ ਉਹਦਾ ਕੀ ਨੁਕਸਾਨ ਹੋਊਗਾ। 2-2 ਮਹੀਨੇ ਪਹਿਲੇ ਮੀਟਿੰਗਾਂ ਕਰਕੇ ਤਿਆਰੀ ਹੋ ਜਾਂਦੀ ਸੀ, ਪੱਕੇ ਬੰਦ ਕੀਤੇ ਜਾਂਦੇ ਸੀ। ਮੈਂ ਜਿਹੜਾ ਕਹਿ ਰਿਹਾ ਜਾਂਦਾ ਸੀ, ਹੋਇਆ ਸਾਰਾ ਪਰਮਾਤਮਾ ਦੀ ਰਜ਼ਾ ਨਾਲ ਹੀ ਹੋਇਆ, ਪਰ ਡੈਮ ਇੱਥੇ ਗੱਲ ਹੈ, ਤਰੀਕਾ ਇੱਕ ਤਰੀਕਾ ਹੁੰਦਾ, ਜਿਵੇਂ ਸਾਡੇ ਟਾਈਮ ਜਿਵੇਂ ਪਾਣੀ ਵੱਧਦਾ ਜਾਂਦਾ ਸੀ ਅਸੀਂ ਹੌਲੀ ਹੌਲੀ ਪਾਣੀ ਛੱਡਦੇ ਸੀ, ਇੱਥੇ ਕੀ ਹੈ ਜਦੋਂ ਹੌਲੀ ਹੌਲੀ ਪਾਣੀ ਤਾਂ ਛੱਡਿਆ ਨੀ ਇਹਨਾਂ ਨੇ, ਜਦੋਂ ਇਕੱਠੇ ਡੇਂਜਰ ਲਾਈਫ ਤੋਂ ਉੱਤੇ ਚਲਾ ਗਿਆ ਤੇ ਇਕੱਠੇ ਡੈਮ ਖੋਲ ਦਿੱਤਾ, ਉਹਦੇ ਨਾਲ ਕੀ ਹੋਇਆ ਕਿ ਸਾਰਾ ਪਾਣੀ ਇਕਦਮ ਪ੍ਰੈਸ਼ਰ ਥੱਲੇ ਆ ਗਿਆ। ਕਿਉਂਕਿ ਜੇ ਤਜਰਬੇ ਵਾਲੇ ਲੋਕ ਹੋਣ ਉਹਨਾਂ ਨੇ ਦੇਖਣਾ ਕਿ ਹੁਣ 6 ਫੁੱਟ ਪਾਣੀ ਵਧਿਆ, 1 ਫੁੱਟ ਖੋਲ ਦਿਓ, ਜੇ 10 ਫੁੱਟ ਪਾਣੀ ਵੱਧ ਗਿਆ 3 ਫੁੱਟ ਖੋਲ ਦਿਓ, ਪਰ ਇਹਨਾਂ ਨੇ ਕੀ ਹੈ 40 ਫੁੱਟ ਪਾਣੀ ਵਧਿਆ ਤੇ 40 ਫੁੱਟ ਖੋਲਤਾ। 2 ਮਹੀਨੇ ਪਹਿਲਾਂ ਮੁੱਖ ਮੰਤਰੀ ਵੱਲੋਂ ਸਟੇ ਤੇ ਖੜ ਕੇ ਬਿਆਨ ਦਿੱਤਾ ਗਿਆ ਸੀ ਕਿ ਡਰੇਨਾਂ ਸਾਫ ਕਰ ਦਿੱਤੀਆਂ ਗਈਆਂ ਨੇ ਇਸ ਵਾਰੀ ਹੜ੍ਹ ਦੇ। ਐਕਚੁਅਲੀ ਸਮੱਸਿਆ ਕੀ ਹੈ, ਮੁੱਖ ਮੰਤਰੀ ਦੀ ਸਭ ਤੋਂ ਵੱਡੀ ਸਮੱਸਿਆ ਹੈ ਕਿ ਉਹ ਮਿੰਟਾਂ 'ਚ ਬਿਆਨ ਠੋਕ ਦਿੰਦੇ। ਹੁਣ ਕੱਲ ਬਿਆਨ ਠੋਕਤਾ ਕਿ ਮੈਂ 1-1 ਪਾਈ ਦਊਂਗਾ ਨੁਕਸਾਨ ਦੀ, 1 ਰੁਪਿਆ ਨਹੀਂ ਦੇਣਾ ਇਹਨੇ ਕਿਸੇ ਨੂੰ। ਉਹਨੇ ਕਿਹਾ ਸੀ ਮੈਂ ਮੂੰਗੀ, ਸਾਰਿਆਂ ਨੂੰ ਕਿਹਾ ਸੀ ਮੂੰਗੀ ਬੀਜੋ, ਇਸ਼ਤਿਹਾਰ ਲਾਤੇ ਪਿੰਡ ਪਿੰਡ ਕੀ ਮੂੰਗੀ ਬੀਜੋ, ਮੈਂ ਸਾਰੀ ਚੱਕੂਗਾ MSP ਤੇ। 1 ਲੱਖ ਕੁਇੰਟਲ ਮੂੰਗੀ ਹੋਈ, 2000 ਕੁਇੰਟਲ ਹੀ ਲਿੱਤੀ ਹੈ। ਤੇ ਇਸ ਕਰਕੇ ਲੋਕਾਂ ਦੀ ਭਾਵਨਾ ਨਾਲ ਨਾ ਖੇਡੋ, ਬਿਆਨ ਨਾ ਦਿਓ, ਐਕਸ਼ਨ ਕਰੋ। ਤੁਸੀਂ ਜੇ ਤੁਸੀਂ ਸਾਰਿਆਂ ਨੂੰ ਕਹਿ ਦੋਗੇ ਸਾਰਿਆਂ ਦਾ ਮੁਆਵਜ਼ਾ ਦਊਂਗਾ, ਪਰ ਦੇਣਾ ਹੈ ਨਹੀਂ ਤੇ ਦਿਲ ਟੁੱਟ ਜਾਂਦੇ ਲੋਕਾਂ ਦੇ। ਸਾਰੀਆਂ ਚੀਜ਼ਾਂ ਦਾ ਪੈਸਾ ਆ ਜਾਊਗਾ।